50 ਲੀਟਰ ਦੁੱਧ ਦੇ ਆਰਾਮ ਨਾਲ ਦੋਗੇ। ਲੰਬੀਆਂ ਉੱਚੀਆਂ ਗਾਮਾਂ ਬਹੁਤ ਮਿਲ ਜਾਂਦੀਆਂ ਨੇ। ਪਰ ਇਦਾਂ ਦੀਆਂ ਲੰਬਾਈਆਂ ਨਹੀਂ ਮਿਲਦੀਆਂ। ਇੱਕ ਦੋ ਤਿੰਨ ਵਾਰ ਅਸੀਂ ਫਰਸ਼ ਡੈਲੀ ਧੋ ਦੰਨੇ ਇਹਨਾਂ ਦਾ। ਅੱਛਾ ਅਰਡਰ ਇੰਨਾ ਫਿੱਟ ਹੋਣਾ ਹੈ। ਫਿਟਿੰਗ ਵਾਲੇ ਅਰਡਰ ਨੂੰ ਨਾ ਮਸਟੈਕਸ ਦੀ ਬਿਮਾਰੀ ਬਹੁਤ ਘੱਟ ਹੁੰਦੀ ਆ। ਅੱਛਾ ਜੀ। ਇੱਕ ਹੁੰਦਾ ਲੇਵਾ ਲਟਕਮਾ। ਹਾਂਜੀ ਹਾਂਜੀ। ਟਟਮਾ ਲੇਵਾ। ਉਹ ਲੱਤਾਂ ਤੇ ਇਦਾਂ ਬਾਜਦਾ ਉਹਨੂੰ ਬਿਮਾਰੀ ਬੜੀ ਲੱਗਦੀ ਆ। ਅਰਡਰ ਦੀ ਕੁਆਲਿਟੀ ਆ ਜਿਹੜੀ ਬਿਲਕੁਲ ਗਾ ਦੇ ਸ਼ਰੀਰ ਦੇ ਨਾਲ ਗੋਲ ਹੋਣੀ ਚਾਹੀਦੀ ਆ। ਇਹਦੀ 25 ਲੀਟਰ ਪਹਿਲੇ ਸਵੇਰੇ ਦ ਗਿਰਦਾ ਟਿਕਾ ਲੋਆਇਆ ਸੀ ਅੱਛਾ ਜੀ ਇਹ ਬੱਚਾ ਹੋਰੇ ਤਰ੍ਹਾਂ ਦਾ ਪੈਦਾ ਹੋ ਗਿਆ ਪਰ ਦੁੱਧ ਦੇ ਨੇ ਬਰਸਦਾ ਇਹਨੇ ਵੀ 28 ਕਿਲੋ ਦੁੱਧ ਪਾਇਆ ਜੀ ਹੀਰੇ ਦੀ ਕਦਰ ਨਹੀਂ ਹੁੰਦੀ ਕਈ ਬੰਦਿਆਂ ਨੂੰ ਉਹ ਮਿੱਟੀ ਦੇ ਹੀ ਮੁੱਲ ਆਈ ਜਾਂਦੇ ਨੇ ਸੋ ਕਿਰਪਾ ਕਰੋ ਜਿਹਨੂੰ ਕਦਰ ਹੀਰੇ ਦੀ ਨਾ ਉਹੀ ਕਰਿਓ ਇੱਕ ਜਰਸੀ ਆ ਜੀ ਪੰਜਾਬ ਵਾਲੀ 17 ਤਰੀਕ ਨੂੰ ਦਿਨ ਪੂਰੇ ਹੁੰਦੇ 28 ਤੋਂ ਲੈ ਕੇ 32 ਲੀਟਰ ਤੱਕ ਦੁੱਧ ਰਿਹਾ ਦੋਸਤੋ ਸਵਾਗਤ ਹੈ ਆਪ ਲੋਗੋ ਦਾ ہماری ਔਰ ਇੱਕ ਨਈ ਵੀਡੀਓ ਮੈਂ ਅੱਜ ਹਮ ਪਹੁੰਚੇ ਹੈ ਸਰਹੰਦ ਕੇ ਪਾਸ जल्ला गांव में यहां पर हमारे फार्मर करमजीत सिंह जी जो डेयरी फार्म का, का काम करते हैं और उसके साथ साथ ये सेल परचेज का भी काम करते हैं इनके पास आपको 20 लीटर से लेकर 50 लीटर तक की गाय मिल जाएंगी तो करते हैं वीडियो को शुरू और जो दोस्त हमारे चैनल पे पहली बार आए चैनल को सब्सक्राइब करें जो हमें फेसबुक पे देख रहे हैं वो हमें फॉलो करें तो सर जी सत सर आपके पास कितने से कितने लीटर तक की गाय है जी ये हमारे पूरा किसान भाइयों को बताइए हमारे पास पंद्रह लीटर से लेके पचास लीटर वाली गाय होती है। तो एक बार शुरुआत करके बताओगे भी ये सामने खड़ी दूजे सूए है जी, अभी जी।, हुए है जी। लीटर दुद्ध ए आराम दऊ पिछले बयान कितना दूध दिया जी। लीटर जी। में? हाँ। में? हाँ। पैंती लीटर दुआ पिछले बयान पैंती लीटर स्ट्रक्चर देखो जी रेल जिदा ਜਾਨ ਬਹੁਤ ਆ ਜੀ ਗਾਂ ਚ ਇਹ ਖਰਾਕ ਦਾ ਹੀ ਆ ਜੀ ਸਾਰਾ ਕੁਝ ਖਰਾਕ ਨਾਲ ਉਹ ਬਰੀਡ ਦੇਖੋ ਮੂੰਹ ਮੂੰਹ ਦੇਖੋ ਗਾਂ ਦੀ ਫੇਸ ਕੁਆਲਿਟੀ ਦੇਖੋ ਦੇਖੋ ਬਿਲਕੁਲ ਛੋਟਾ ਮੂੰਹਾਂ ਗਾਂ ਦਾ ਲੰਬੀਆਂ ਉੱਚੀਆਂ ਗਾਂਵਾਂ ਬਹੁਤ ਮਿਲ ਜਾਂਦੀਆਂ ਨੇ ਪਰ ਇਦਾਂ ਦੀਆਂ ਲੰਬਾਈਆਂ ਨਹੀਂ ਮਿਲਦੀਆਂ ਹਾਂਜੀ ਜਿਵੇਂ ਕੀ ਇਹਦਾ ਢਾਂਚਾ ਜਿਹੜਾ ਵੱਡਾ ਢਾਂਚਾ ਮੀਡੀਅਮ ਕੱਦ ਇਹ ਡੰਗਰ ਜਲਦੀ ਬੁੱਢਾ ਨਹੀਂ ਹੁੰਦਾ ਹਾਂਜੀ ਇਹ ਨਾ ਜਲਦੀ ਬਿਮਾਰ ਹੁੰਦਾ ਔਰ तो रेट ਕਿਤਨਾ ਜਿਸ ਦਾ ਆਜ ਰਹੇਗਾ ਭਾਈ ਤਿਆਰੀ ਪਹਿਲੇ ਕਰ ਤੋ ਪੈਸਾ ਬਹੁਤ ਲੱਗਾ ਜਾ ਕੇ ਤਿਆਰੀ ਹੋ ਕੇ ਅਜਾ ਯਾਨੀ ਅਗਰ ਬਿਆਨੇ ਸੇ ਪਹਿਲੇ ਲੇਤਾ ਹੈ ਤੋ 1.5 ਲੱਖ 10 ਦਿਨ ਤੱਕ 1.5 ਲੱਖ ਹੀ ਠੀਕ ਹੈ ਜੀ 10 ਦਿਨ ਤੋਂ ਬਾਅਦ ਹੋ ਜਾ ਰਾ ਹੈ ਖਰਾਬੀ 35 ਤੁਹਾਨੂੰ ਪਤਾ ਹੀ ਆ ਫਿਰ 50 ਕਿਲੋ ਬੰਦਰੀ ਆ ਜੀ ਕਿੰਨੀ ਖਾਂ ਆਜੋ ਜੀ ਆਪਨੇ ਸਾਫ ਸਫਾਈ ਦਾ ਬਹੁਤ ਧਿਆਨ ਰੱਖੋ ਹੈ ਨੀਚੇ ਦੇਖੋ ਸਾਫ ਸਫਾਈ ਜ਼ਰੂਰੀ ਆ ਸਾਬਸ ਭਾਈ ਜ਼ਰੂਰੀਆਂ ਨਹੀਂ ਤਾਂ ਮਸਟਾਈਟਸ ਵਗੈਰਾ ਬਹੁਤ ਤੰਗ ਕਰਦੀ ਐ ਇੱਕ ਥੱਲੇ ਫਿਰ ਇੱਕ ਦੋ ਤਿੰਨ ਵਾਰ ਅਸੀਂ ਫਰਸ਼ ਡੇਲੀ ਧੋ ਦੰਨੇ ਆ ਇਹਨਾਂ ਦਾ ਅੱਛਾ ਜੀ ਲਾਲ ਦਵਾਈ ਪਾ ਦੰਨੇ ਆ ਫਿਰ ਫਿਰ ਆਰਾਮ ਨਾਲ ਬੈਠਿਆ ਰਹਦੀਆਂ ਤੇ ਆ ਵੱਛੀ ਆ ਜੀ ਜਿਹੜੀ ਦੂਜੇ ਨੰਬਰ ਤੇ ਇਹ 6 ਦਾੰਦਾਂ ਦਾ ਮੂੰਹ ਅੱਛਾ ਜੀ ਪਹਿਲੇ ਸੂਏ ਸੂਣਾ ਜੀ ਇਹਨੇ ਠੀਕ ਹੈ ਜੀ ਇਹ ਵੀ ਤਕਰੀਬਨ 40 ਦਿਨ ਰਹਿੰਦੇ ਨੇ ਇਹਦੇ ਇਹਦਾ ਫਿੱਟ ਆਰਡਰ ਦੀ ਹੋਣੀ ਆ ਜੀ ਇਹ ਅੱਛਾ ਜੀ ਬਹੁਤ ਜਿਵੇਂ ਕਿ ਇਹਦਾ ਆਰਡਰ ਇੰਨਾ ਫਿੱਟ ਹੋਣਾ ਹੈ ਫਿਟਿੰਗ ਵਾਲੇ ਆਰਡਰ ਨੂੰ ਨਾ ਮਸਟੈਗਸ ਦੀ ਬਿਮਾਰੀ ਬਹੁਤ ਘੱਟ ਹੁੰਦੀ ਆ। ਅੱਛਾ ਜੀ। ਇੱਕ ਹੁੰਦਾ ਲੇਵਾ ਲਟਕਮਾ। ਹਾਂਜੀ ਹਾਂਜੀ। ਟਕਮਾ ਲੇਵਾ। ਉਹ ਲੱਤਾਂ ਤੇ ਐਦਾਂ ਬਾਜਦਾ ਉਹਨੂੰ ਬਿਮਾਰੀ ਬੜੀ ਲੱਗਦੀ ਆ। ਹਾਂਜੀ ਹਾਂਜੀ। ਤੋਂ ਇਸ ਕਰਕੇ ਫੇ ਕਈ ਲੋਕ ਕੀ ਕਰਦੇ ਨੇ ਜਿਹੜੇ ਨਵੇਂ ਨਵੇਂ ਡੇਰੀ ਫਾਰਮ ਜਿਹੜਾ ਮੁੰਡਿਆਂ ਨੇ ਸ਼ੁਰੂ ਕਰਨਾ। ਉਹ ਨਾ ਵੱਡੇ ਵੱਡੇ ਲੇਵੇ ਦੇਖ ਲੈਂਦੇ ਨੇ। ਅਰਡਰ ਦੀ ਕੁਆਲਿਟੀ ਆ ਜਿਹੜੀ ਬਿਲਕੁਲ ਗਾ ਦੇ ਸ਼ਰੀਰ ਦੇ ਨਾਲ ਗੋਲ ਹੋਣੀ ਚਾਹੀਦੀ ਆ। ਸੋ ਇਹਦੀ ਕੁਆਲਿਟੀ ਬਿਲਕੁਲ ਉਹੀ ਆ। ਜੋ ਇਸ ਆਪਕਾ ਕਿਤਨਾ ਅਨੁਮਾਨ ਹੈ ਵੀ ਕਿਤਨੇ ਤੱਕ ਇਹ ਦੁੱਧ ਦੇ ਦੇਗੀ ਇਹਦੀ 25 ਲੀਟਰ ਪਹਿਲੇ ਸੂਏ ਤੋ 25 ਲੀਟਰ ਪਹਿਲੇ ਸੂਏ ਪਹਿਲੇ ਸੂਏ ਤੋ ਇਸਦੀ ਮਦਰ ਦਾ ਕੀ ਰਿਕਾਰਡ ਰਹਾ ਪਹਿਲੇ ਇਹਦੀ ਮਦਰ ਕਰਾਸ ਆ ਜੀ ਆ ਖੜੀ ਆ ਅੱਛਾ ਜੀ ਇਹ ਆਪਣੇ ਘਰ ਦੀ ਹੀ ਬੱਚੀਆਂ ਨੇ ਤਾਂ ਇਹ ਮਹੀਨੇ ਦਾ ਕੋਸ਼ਿਸ਼ ਕਰੀ ਸੀ ਗਰਲੈਂਡੋ ਦੀ ਵੀ ਗਰਲੈਂਡੋ ਦੀ ਨਸਲ ਜਾ ਜੂਗੀ ਪਰ ਇਹ ਕਰਾਸ ਚ ਆ ਗਈ ਕੋਸ਼ਿਸ਼ ਮੇਰੀ ਫੇਲ ਹੋ ਗਈ ਉਹ ਅੱਛਾ ਜੀ ਤੇ ਆ ਇਹਦੀ ਬੱਚੀ ਆ ਜੀ ਅੱਗੇ ਆ ਚਫਗਾਂ ਜੀ ਆਪਣੀ ਇਹ ਮੈਂ ਫਾਰਮ ਚੋਂ ਲੈ ਕੇ ਆਇਆ ਸੀ ਅੱਛਾ ਜੀ ਇਹ ਮੈਂ 3 ਮਹੀਨੇ ਦੀ ਗੱਭਣ ਲੈ ਕੇ ਆਇਆ ਸੀ ਜੀ ਇਹਦੇ ਕੋਲ ਉਦੋਂ 22-23 ਲੀਟਰ ਦੁੱਧ ਸੀਗਾ ਅੱਛਾ ਜੀ ਚਲੋ ਮੇਰੀ ਸੇਵਾ ਵੱਧ ਸੀ ਮੇਰੇ ਕੋਲ 25-26 ਕਰ ਗਈ ਸੀ ਆ ਕੇ ਅੱਛਾ ਜੀ ਪਰ ਹੁਣ ਇਹ ਡਰਾਈ ਕਰ ਰਹੇ ਆ ਇਹਦੇ ਵੀ ਤਕਰੀਬਨ ਮਹੀਨਾ ਰਹਿ ਗਿਆ ਇਹ ਦੂਜੇ ਸੂਏ ਸੁਣਾਏ ਸੀ ਇਹਨੇ ਅੱਛਾ ਦੂਜੇ ਸੂਏ ਹਾਂ ਜੀ ਤਾਂ ਆਬ ਕਿਤਨਾ ਅਨੁਮਾਨ ਹੈ ਜੀ ਕਿਤਨੇ ਤੱਕ ਜਾਏ ਇਹ 30-35 ਲੀਟਰ ਆਮ ਨਾਲ ਦੋ ਜੀ 30 ਤਾਂ ਉੱਪਰ-ਉੱਪਰ ਦੋ ਜੀ ਨੇ 30 ਤਾਂ ਗਰੰਟੀ ਹੋ ਪੱਕੀ ਇਸਕਾ ਕੀ ਰੇਟ ਰਹੇਗਾ ਇਹ ਜੀ ਅੱਜ ਦੇਂਗੇ 1 पीस अच्छा ही मौका दे कुछ भी ठीक है जैसी तैयारी होएगी ए जी क्रॉस ए एच एफ ਦੇ ਗਿਰਦਾ ਟਿਕਾ ਲਵਾਇਆ ਸੀ اچھا ਜੀ ਇਹ ਬੱਚਾ ਹੋਰੇ ਤਰ੍ਹਾਂ ਦਾ ਪੈਦਾ ਹੋ ਗਿਆ ਪਰ ਦੁੱਧ ਦੇ ਨੇ ਬੜਾ ਸੁਪਾ اچھا ਜੀ ਹੈ ਕਰਾਉਸ ਕੋਸ਼ਿਸ਼ ਕਰੀ ਦੀ ਗਿਰਲੈਂਡੋ ਬਣਾਵਾਂਗੇ ਚਲੋ ਹੋ ਸਕਦਾ ਵੀ ਕੋਸ਼ਿਸ਼ ਮੇਰੀ ਦੁਬਾਰਾ ਕਰੂੰਗਾ ਮੈਂ ਗੁਜਰਾਤ ਤੋਂ ਲੈ ਕੇ ਆਵਾਂ ਗਿਰਗਾਵਾਂ اچھا ਜੀ ਗਿਰਗਾਵਾਂ ਦੇ ਫਿਰ ਦੇਖਾਂਗੇ ਐਚ ਐਫ ਦੇ ਲਾ ਕੇ ਕਿ ਇਹ ਕੋਸ਼ਿਸ਼ ਆਪਣੀ ਸਫਲ ਹੋ ਜਵੇ ਹਾਂਜੀ ਤੇ ਇਹਨੇ ਵੀ 28 ਕਿਲੋ ਦੁੱਧ ਪਾਇਆ ਜੀ ਅੱਛਾ ਜੀ ਹਾਂ ਜੀ ਇਹ ਵੀ ਅੱਜ ਕੀ 28 ਮੰਨੋ 28 ਕੇ ਦੇਉਗੀ ਬਾਤ ਤਾਂ ਨਹੀਂ ਦੰਦੀ ਕਿਉਂ ਕਰਾਓ ਸਾ ਠੀਕ ਹੈ ਜੀ ਹਾਂ 25 ਕਿਲੋ 25 28 ਲੀਟਰ ਦੇ ਦਊ ਜਿਆਦਾ ਨਹੀਂ ਆਪਾਂ ਐਵੇਂ 30 32 ਵਾਲੀਆਂ ਗੱਲਾਂ ਕਰਦੀਏ ਕਿਹਦਾ ਫਾਇਦਾ ਹੋਣਾ ਇਹ ਕੌਣ ਸਾ ਬਿਆਂ ਤੇ ਵੇਚਦਾ ਇਹ ਦੂਹੇ ਦੂਹੇ ਸੁਣਾ ਜੀ ਇਹਨੇ ਅੱਛਾ ਦੂਸਰੇ ਹਾਂ ਜੀ ਇਸਕਾ ਕੀ ਪ੍ਰਾਈਸ ਰਹੇਗਾ ਜੀ ਇਹਦੀ 85000 ਦੀ ਅੱਜ ਦਮਾ ਅੱਛਾ 70000 ਹਾਂ ਇਹਦੇ ਵਿੱਚ ਮਾਨ ਤਾਨ ਕਰ ਦਾਂਗੇ 85 'ਚ ਮਾਨ ਤਾਨ ਘਰ ਆਂਦਾ ਸਬਦਾ ਕਰਾਂਗੇ ਕੋਈ ਐਸੀ ਗੱਲ ਹਾਂ ਉਹ ਤਾਂ ਸਾਡੇ ਆਪਣੇ ਭੈਣ ਭਰਾ ਨੇ ਜੀ ਸਭ ਨੂੰ ਆ ਦੇਖ ਕਈ ਬੰਦੇ ਨਾ ਉੱਤੋਂ ਹੀ ਮਜ਼ਾਕ ਲਾਉਂਦੇ ਨੇ ਕਰਦਾ ਜਿਹਨੂੰ ਨੌਲੇਜ ਆ ਉਹੀ ਗੱਲ ਕਰੇ ਹਾਂਜੀ ਉਹ ਕਈ ਵਾਰ ਹੀਰੇ ਦੀ ਕਦਰ ਨਹੀਂ ਹੁੰਦੀ ਕਈ ਬੰਦਿਆਂ ਨੂੰ ਉਹ ਮਿੱਟੀ ਦਾ ਹੀ ਮੁੱਲ ਆਈ ਜਾਂਦੇ ਸੋ ਕਿਰਪਾ ਕਰੋ ਜਿਹਨੂੰ ਕਦਰ ਆ ਹੀਰੇ ਦੀ ਨਾ ਉਹੀ ਕਰਿਓ ਐਵੇਂ ਆਪਾਂ ਬਹੁਤੀ ਬਕਵਾਸ ਬਾਜੀ ਚ ਪੈਣਾ ਨਹੀਂ ਹੈਗਾ ਠੀਕ ਹੈ ਜੀ ਇਹ ਜੀ ਦੋ ਦੰਦ ਗਾਂ ਹੈ ਅੱਛਾ ਜੀ 2.5 ਸਾਲ ਦੀ ਉਮਰ ਆ ਇੱਕ ਜਰਸੀ ਆ ਜੀ ਪੰਜਾਬ ਵਾਲੀ ਇਹਦੇ ਤਰੀਕ ਮੁਤਾਬਕਤਾ ਹੈਗੇ ਨੇ 17 17 ਤਰੀਕ ਨੂੰ ਦਿਨ ਪੂਰੇ ਹੁੰਦੇ। ਅੱਛਾ ਜੀ। ਪਰ ਮੈਨੂੰ ਐ ਲੱਗਦਾ ਵੀ ਇਹ 10 ਕਿ ਦਿਨ ਹੋਰ ਵੱਧ ਕੱਢੂਗੀ। ਅੱਛਾ ਜੀ। ਕਿਉਂਕਿ ਹਲੇ ਖਾਂਦੀ ਪਿੰਦੀ ਵਧੀਆ ਹੈ। ਉਹ ਆਦਤਾਂ ਤੋਂ ਪਤਾ ਲਾ ਜਾਂਦਾ ਪਸ਼ੂਦਿਆਂ ਤੋਂ। ਇਹ ਕੌਣ ਸਾਹ ਬਿਆਹ ਤੇ ਵੇਖੀ? ਇਹ ਫਸਤੀ? ਪਹਿਲਾ ਹੀ ਬਿਆਹ। ਹਾਂ ਜੀ। ਬੱਚੀ ਹੈ ਨਾ, ਬੱਚਾ ਹੈ ਜੀ ਬਿਲਕੁਲ ਬੱਚਾ ਹੈ ਇਹ ਤੋਂ। ਕਿੰਨਾ ਅਨੁਮਾਨ ਹੈ ਜੀ ਆਪਕਾ ਕਿੰਨਾ ਦੁੱਧ? ਦੇਖੋ ਜੀ ਇਸਕਾ 20 ਤੇ 22 ਲੀਟਰ ਦਾ ਹੱਕ ਬਣਦਾ ਹੈ। ਠੀਕ ਹੈ ਜੀ। ਇਹਦੀ ਮਾਂ ਦਾ ਖਾਈ ਕੋ ਲੈ ਕੇ 32 ਲੀਟਰ ਤੱਕ ਦੁੱਧ ਰਿਆ। ਤੋਂ ਇਹਦਾ ਜਿਵੇਂ ਇਹ ਚ ਮਤਲਬ ਮੇਰੀ ਵੀ ਸੇਵਾ ਕੀਤੀ ਹੋਈ ਹੈ ਨਾ ਜਿਵੇਂ ਜਿੰਦ ਜਾਨ ਆ ਹਾਈਟ ਲੈਂਥ ਆ ਬੱਚੀ ਦੀ 20 ਤੋਂ 22 ਲੀਟਰ ਦੋਤੇ ਦਾ ਹੱਕ ਬਣਦਾ ਦੇਣ ਦਾ। ਸੋ ਇਸਕਾ ਕੀ ਪ੍ਰਾਈਸ ਰਹੇਗਾ? ਇਹ ਦੀ 85 ਕੀ ਦੇਣ? 85000 ਹਾਂਜੀ 85000। ਇਹ گاਵਾ ਆਪਣੀਆਂ ਜਿਹੜੀਆਂ ਹੈਗੀਆਂ ਨੇ 20 ਦਿਨ ਤੋਂ ਲੈ ਕੇ 1 ਮਹੀਨੇ ਦੇ ਸੂਣ ਦਾ ਟਾਈਮ ਰਹਿੰਦਾ ਇਹਨਾਂ ਦਾ। अच्छा सभी गाजी हां जी आई दे 20 ਰਾਇਦ ਨੇ 아이 ਆ ਬੈਠੀ ਆ ਜੀ हां जी ਇਹ 50 ਲੀਟਰ ਦੁੱਧ ਦੀ ਮਾਲਕਾ ਜੀ اچھا ਇਹ ਜੋ ਇਹ ਇਹ ਆ ਜੀ हां ਪਹਿਲੇ ਸੂਏ ਨੇ 32 33 ਲੀਟਰ ਦੁੱਧ ਕੱਢਿਆ اچھا ਜੀ ਆ ਵੀ 8 ਦੰਦ ਪੂਰੇ ਨਹੀਂ ਕਰੇ ਬਰਾਬਰ ਨਹੀਂ ਹੋਏ ਬੱਚਾ ਹੀ ਦੂਸਰੇ ਬਿਆਂ ਦਾ ਅੱਛਾ ਤੇ ਉਹ ਗਾਂ ਜਿਹੜੀ ਪਰਲੇ ਪਾਸੇ ਬੈਠੀ ਆ ਜੀ ਉਹ 30 ਲੀਟਰ ਦੁੱਧ ਦੀ ਮਾਲਕਾ ਅੱਛਾ ਜੀ ਉਹਦੇ 40 ਦਿਨ ਬਕਾਇਆ ਰਹਿੰਦੇ ਨੇ ਸੂਣ ਦੇ ਠੀਕ ਹੈ ਜੀ ਇਹਦਾ 25 ਦਿਨ ਰਹਿ ਗਏ ਜੀ ਆ ਆ ਬੱਛੀ ਦੇ ਇਹ ਵੀ 6 ਦੰਦ ਬੱਛੀ ਆ ਅੱਛਾ ਜੀ ਦੂਜੇ ਸੂਏ ਆ ਉਹ ਕ੍ਰੌਸ ਆ ਜੀ ਮੱਛੀ ਉਹ 26 ਕਿਲੋ ਲੀਟਰ ਦੁੱਧ ਦੀ ਮਾਲਕਾ ਜੀ ਠੀਕ ਇਹਨਾਂ ਦਾ ਕੀ ਪ੍ਰਾਈਸ ਲਏਗਾ ਜੀ ਇਹ ਜੋ ਇਹ ਦਵਾਂਗੇ ਜੀ 2 ਲੱਖ ਰੁਪਏ ਦੀ ਇਹ 2 ਲੱਖ ਰੁਪਏ ਦੀ ਹਾਂ ਜੀ ਇਹ ਇਸਕਾ ਕਿੰਨਾ ਦੁੱਧ ਬਤਾ ਦੋ ਇਹ 50 ਲੀਟਰ ਦੇ ਕਰੀਬ 9 ਲੱਖ ਰੁਪਏ ਹਾਂ ਜੀ ਉਹ ਗਾਂ 30 ਲੀਟਰ ਵਾਲੀ ਉਹ 90 ਹਜ਼ਾਰ ਦੀ ਠੀਕ ਹੈ ਜੀ ਅੱਜ ਦੇ ਰੇਟ ਨੇ ਇਹ ਠੀਕ ਹੈ ਜੀ ਕਿਉਂ ਅਗਲਾ ਮਹੀਨੇ ਬਾਅਦ ਪੁੱਛੇ ਉਹ ਗੱਲ ਗਲਤ ਹੋ ਜਾਂਦੀ ਆ ਠੀਕ ਹੈ ਜੀ ਇਹ 95 ਕਿ ਜਵਾਂਗੇ ਜੀ ਠੀਕ ਹੈ ਜੀ ਵੱਡੀ ਬੱਚੀ ਬਹੁਤ ਹਾਈਟ ਹੈ ਇਹਦੀ ਤੇ ਉਹ ਕ੍ਰੌਸ ਦੇ ਦਾਂਗੇ ਜੀ 65 ਹਜ਼ਾਰ ਦਾ ਠੀਕ ਹੈ ਜੀ ਇੱਕ ਮੈਂ ਤੁਹਾਡੇ ਚੈਨਲ ਰਾਹੀਂ ਬੇਨਤੀ ਜ਼ਰੂਰ ਕਰੂੰਗਾ ਇਹ ਆ ਜਿਹੜੀ ਤਾਂ ਜਹੀ ਜੀ ਵੀਡੀਓ ਚ ਗਾਹ ਹੁੰਦੀ ਆ ਉਹੀ ਜੀ ਜ਼ਰੂਰ ਦਿਖਾਇਆ ਕਰੋ ਤੁਹਾਨੂੰ ਚੈਨਲ ਵੀਰਾਂ ਸਾਰੇ ਚੈਨਲ ਵਾਲਿਆਂ ਨੂੰ ਬੇਨਤੀ ਆ ਕਈ ਚੈਨਲ ਨੇ ਮੇਰੇ ਵੀਰ ਜੂਮ-ਜਾਮ ਜੀ ਕਰਕੇ ਵੱਡੀ ਵੀਡੀਓ ਬਣਵਾ ਦਿੰਦੇ ਨੇ ਗਾਹ ਖፋ ਜਾਂਦਾ ਦੇਖੋ ਇੱਕ ਇਹ ਤੋਂ ਗਰੇਜ ਕਰੋ ਦੂਜਾ ਨੰਬਰ ਜਿਹੜੇ ਫੇਕ ਕਾਲਰ ਨੇ ਇਹ ਵੀ ਗਰੇਜ ਕਰੋ ਇੰਟਰਸਟਿਡ ਬੰਦੇ ਹੀ ਫੋਨ ਕਰਿਆ ਕਰੋ ਦੇਖੋ ਰੇਟ ਬਣੇ ਨਾ ਬਣੇ ਉਹ ਲੱਗ ਵਿਸ਼ਾ ਹੁਣ ਜਿਵੇਂ ਐਵੇਂ ਤੁਸੀਂ ਤੋਂ ਨੂੰ ਵੀ ਪਤਾ ਜਿਹੜਾ ਬੰਦੇ ਸ਼ਿਕਾਰੀ ਨੇ ਜਾਂ ਜਿਹਨਾਂ ਨੂੰ ਨੌਲੇਜ ਆ ਕਿ 50 ਲੀਟਰ ਵਾਲੀ ਦਾ ਗਾਂ ਦਾ ਅੱਜ ਰੇਟ 2 ਲੱਖ 75000 2 ਲੱਖ 70000 ਗਾਂ ਗਾਂਟ ਪੈਂਡ ਕਰਦੀ ਆ ਹਾਂਜੀ ਹਾਂਜੀ ਸਹੀ ਹੁਣ 500 ਗਾਂ ਆਪਾਂ ਨੇ 45 ਦਿਨ ਦੀ ਕੱਚੀ 1 ਲੱਖ 85000 ਦੀ ਵੇਚੀ ਆ ਅੱਛਾ ਜੀ ਕਰਨਾਲ ਗਈ ਆ ਕਰਨਾਲ ਵਿੱਚ ਦੇਖੋ ਉਹ ਵੀ ਕੁਝ ਸੋਚ ਕੇ ਹੀ ਲੈ ਕੇ ਗਏ ਨੇ ਕਿਵੇਂ ਐਵੇਂ कई बंदे कह एक दस ले लो जी एक भी लेको गल करो जे मुल जायज दसते कदर करो तो मैं सर एक ये पूछना चाहता हूँ जैसे कोई हमारा किसान भाई आपसे गाय खरीदने आया जी तो दूर से वो आया मान लो चालीस पचास किलोमीटर दूर से आया हाँ तो उसको आप यहाँ ट्रांसपोर्ट है जो अवेलेबल करा दोगे यहां से देखो जी चालीस पचास तो चलो छोटी बात आ हाँ जी उसके लिए तो ट्रांसपोर्ट आम लोकल मिल दी ਅਸੀਂ ਤਾਂ 400 ਕਿਲੋਮੀਟਰ ਲਈ ਵੀ ਟਰਾਂਸਪੋਰਟ ਅਵੇਲੇਬਲ ਰੱਖਦੇ ਆ ਠੀਕ ਹੈ ਕੋਈ ਬਾਹਰੋਂ ਅੰਦਰੋਂ ਆਉਂਦੇ ਨੇ ਭੈਣ ਭਰਾ ਰਾਜਸਥਾਨ ਗੰਗਾ ਨਗਰ ਤੋਂ ਵੀ ਤੇ ਕਸ਼ਮੀਰ ਤੋਂ ਵੀ ਮੱਧ ਪ੍ਰਦੇਸ਼ ਤੋਂ ਵੀ ਗੁਜਰਾਤ ਤੋਂ ਵੀ ਉਹਨਾਂ ਲਈ ਰਹਿਣ ਦਾ ਖਾਣ ਦਾ ਪੈਣ ਸੌਣ ਦਾ ਬੈਠਣ ਦਾ ਸਾਰਾ ਪ੍ਰਬੰਧ ਆ ਆਪਣੇ ਘਰਾਂ ਵਾਂਗ ਰੱਖਦੇ ਆ ਆਪਣੇ ਪਰਿਵਾਰ ਵਾਂਗ ਰੱਖਦੇ ਆ ਗਾਂ ਲੈਣ ਨਾ ਲੈਣ ਉਹ ਵੀ ਕੋਈ ਬਹੁਤਾ ਵੱਡਾ ਵਿਸ਼ਾ ਨਹੀਂ ਹੁੰਦਾ ਇਹ ਵੱਡੀ ਗੱਲ ਨਹੀਂ ਕਿ ਗਾਂ ਮੇਰੀ ਪਸੰਦ ਆਉਂਗੀ ਇੱਕ ਵਾਰ ਮੇਰੇ ਕੋਲ ਬੰਦੇ ਆ ਗਏ ਜੀ ਆਓ ਦੱਬ ਵਾਲੀ ਸਾਈਡ ਦੇ ਵੀਡੀਓ ਦੇਖ ਕੇ ਚਲੋ ਉਹਨਾਂ ਦੇ ਅਕਲ 'ਚ ਆਪਣੀ ਗਾਂ ਕੋਈ ਨਹੀਂ ਆਈ ਜਾਂ ਕਿਵੇਂ ਵੀ ਅਗਲੇ ਨਵੇਂ ਮੁੰਡੇ ਸੀਗੇ ਉਹ ਕਹਿੰਦੇ ਅੰਕਲ ਸਾਨੂੰ ਕਿਤੇ ਹੋਰ ਦਵਾ ਦਿਓ ਚਲੋ ਜੀ ਫਿਰ ਮੈਂ ਆਪਣੇ ਮਿੱਤਰ ਦੇ ਫਾਰਮ 'ਚ ਗਿਆ ਫਿਰ ਉਹਨਾਂ ਨੂੰ ਉੱਥੋਂ ਮੈਂ ਤਿੰਨ ਗਾਵਾਂ ਦੁਵਾਈਆਂ ਦੇਖੋ ਇਹ ਮੇਰੇ ਮਨ 'ਚ ਇਹ ਵੀ ਨਹੀਂ ਹੈਗਾ ਕਿ ਮੇਤੋਂ ਹੀ ਲੈਣ ਹੁਣ ਅਜ ਇੱਕ ਬੰਦੇ ਹੋਰ ਆ ਰਹੇ ਨੇ ਉਹਨਾਂ ਦਾ ਫੋਨ ਆਇਆ ਜੀ ਕੋਈ ਸੂਈ ਹੋਈ ਗਾਂ ਜੇ ਤੁਹਾਡੇ ਕੋਲ ਨਹੀਂ ਸਾਨੂੰ ਦਵਾ ਦਿਓ ਉਹ ਮੇਰੇ ਇੱਥੇ ਨਾਲ ਹੀ ਰਿਸ਼ਤਰੀ ਦੀ ਸੂਈ ਹੋਈ ਹੈਗਾ ਮੈਂ ਉਹ ਦਵਾਉਂਗਾ ਉਹਨਾਂ ਨੂੰ ਠੀਕ ਹੈ ਜੀ ਇਹਦੇ ਵਿੱਚ ਮੈਂ ਵਪਾਰੀ ਆ ਇੱਕ ਬੇਨਤੀ ਹੋਰ ਕਰਦਾ ਮੈਂ ਵਪਾਰੀ ਆ ਦਲਾਲ ਨਹੀਂ ਨਾ ਮੈਂ ਦਲਾਲੀ ਲੈਣਾ ਵਪਾਰੀ ਆ ਜਿਹੜਾ ਮੇਰੇ ਡੰਗਰ ਕਿਲੇ ਤੇ ਖੜਾ ਹੈ ਉਹ ਚੋਂ ਮੈਂ ਪ੍ਰੋਫਿਟ ਲੈ ਕੇ ਵੇਚਦਾ ਕਦੇ ਕਿਸੇ ਤੋਂ ਦਲਾਲੀ ਨਹੀਂ ਲਈ ਜੇ ਕਿਸੇ ਤੋਂ ਗਾਂ ਦਵਾਈ ਹੈ ਨਾ ਕਿਸੇ ਤੋਂ 2 ਰੁਪਏ ਨਹੀਂ ਲਈ ਉਹ ਭਾਈ ਚਾਰਕ ਚ ਦਵਾਈ ਅਗਲਾ ਮਾਨ ਕਰਕੇ ਇਨੀ ਦੂਰੋਂ ਆਇਆ ਉਹਦਾ ਮਾਨ ਪੂਰਾ ਕਰੀਦਾ ਤੋਂ ਸਰ ਆਪਣਾ ਇੱਕ ਵਾਰ ਨੰਬਰ ਦੇ ਦਿਜੀਏ ਅਗਰ ਕੋਈ ਆਪਸੇ ਗਾਂਹ ਖਰੀਦਣਾ ਚਾਹਤਾ ਹੈ ਤਾਂ ہمارا ਫਾਰਮ ਮੇਰਾ ਨੰਬਰ ਜੀ 83606 55534 83606 3534 ਅਗਰ ਕੋਈ ਵੀ ਫਾਰਮਰ ਹਮਾਰਾ ਇਨਸੇ ਗਾਂਹ ਪਰਚੇਸ ਕਰਨਾ ਚਾਹਤਾ ਹੈ ਤਾਂ ਇੱਕ ਵਾਰ ਇਨਸੇ ਜ਼ਰੂਰ ਕੰਟੈਕਟ ਕਰੇ ਕਿਉਂਕਿ ਇਨਕੇ ਪਾਸ एक से एक बढ़कर गायें हैं कुछ गायें हैं जिनकी हमने अभी वीडियो नहीं बनाई वो इन्होंने साइड में रखी हुई थी हमें वहां जाने की परमिशन नहीं थी अगर आप खुद यहाँ विजिट करोगे तो आपको वो गायें भी यहाँ पर दिखाई जाएंगी इनके पास बीस लीटर से पचास लीटर तक की अच्छी दूध देने वाली गायें हैं और अच्छी नस्ल की गायें इन्होंने रखी हुई है दोस्तों वीडियो आप लोगों को ये कैसी लगी इनके सुझाव आपको कैसे लगे हमें कमेंट सेक्शन में जरूर बताइए वीडियो अच्छी लगी तो वीडियो को लाइक जरूर करें चैनल को सब्सक्राइब करें मिलते हैं और इन वीडियो साथ तब तक के लिए जय हिंद